पार्टी इस गल की खुशी है कि मावा सिर परोस के की कहदिया ने पुत जिंदा रह साडे धीआं पुत्तां कणी देखे उन्हां नूं कम ते ला दे आही साडी सब तो पहली गरंटी है कि जिस दिन तुसीं मैनूं पेन देता जदों हरे रंग दा वो पेन दे मालक तुसीं हो साइन मेरे फैसले थोड़े साइन मेरे पहला सरकारां महलां चो चलदियां सी ते महलां दे दरवाजे साढ़े चार साल खुलदे नहीं सी हुण सरकारां पिंडां चो हुण सरकारां महल्लियां चो हुण सरकारां कस्बियां शहरां चो चलणगियां जिवें तुसीं कहोगे उवें बहुत दुखी कर लिया इन्होंने 70 साल हो गए टोपे ही नहीं ठीक होए इन्हां तो यार उठी फिर शमशान घाट दियां कंधां उच्चिया चकरियां ने लै ये गल सानू मुर्दियां ते यकीन नहीं हैगा वो कोई डिस्पेंसरियां खोली की हाल थोड़े पिंडा डिस्पेंसरी का इहदा मतलब जब थोड़े पिंड की बीमार नहीं हुंदा बस तुसीं 10 मार्च तक देखियो किवें टैलां लगियां टैलां इत्थे लगियां ने पैसे उधर गए ने जदों हुण टैलां ही लातियां गलियां च गलियां कच्चियां है ही नहीं फिर नंगे पानी तुरन का की फायदा होया लालच देने हैं तुसी कह दो भी हां पर 20 तरीक नूं वोटां वाले दिन अंदर जाके मशीन च झाड़ू वाला बटन दब के कर दो भी हां जे समझ गए वो ताड़ी मार दो बाकी नूं माफ है बड़ा समझदार पिंड है भाई बड़ा समझदार पिंड है भी मान गए भाई लगे कुंभड़ा वाले हुण डिस्पेंसरियां हस्पताल स्कूल वर्ल्ड क्लास होणगे सरकारी स्कूलां च बच्चे खड़े ने देखो ये परमात्मा ने सारे इक्को जिहे बना के भेजे सारा ने इक्को जिहा दिमाग लाया पर सानू ओह स्कूल मिलदे ही नहीं जिहड़े अफसर बनाउंदे ने सानू ओह किताबां ते मास्टर मिलदे ही नहीं जिहड़े अफसर बनाउंदे ने इह बस 9वीं तक कहिंदे कोई फेल ही ना करो पता ही लगदा बच्चे दा कहिड़ी क्लास च ਕਿਹੜੇ ਸਬਜੈਕਟ ਚ ਕਮਜ਼ੋਰ ਹੈ ਉਹਦੀ ਟਿਊਸ਼ਨ ਟਾਸ਼ਨ ਰੱਖ ਲਈਏ ਠੀਕ ਕਰ ਲਈਏ ਨਾ 9ਵੀਂ ਤੱਕ ਫੇਲ ਨਾ ਕਰੋ 10ਵੀਂ ਚ 90% ਫੇਲ ਹੋ ਜਾਂਦੇ ਨੇ ਉਹ ਕਹਿੰਦੇ ਆ ਜਾਓ ਫਿਰ ਹੁਣ ਤੁਸੀਂ ਆਟਾਦਾਰ ਸਕੀਮ ਚ ਆ ਗਏ ਬਸ ਰੋਜ਼ਗਾਰ ਬਸ ਆਹੀ ਆ ਫਿਰਦੇ ਨੇ ਮੁੰਡੇ ਕੁੜੀਆਂ ਡਿਗਰੀਆਂ ਲਈ BA ਕਰਿਆ MA ਕਰਿਆ MSc ਕਰੇ MEd ਕਰੇ BTech ਕਰੇ MTech ਕਰੇ ਜੇ ਨੌਕਰੀ ਮੰਗਣ ਜਾਂਦੇ ਡਾਂਗਾਂ ਪੈਂਦੀਆਂ ਨੇ ਚੁੰਨੀਆਂ ਲੈਂਦੀਆਂ ਨੇ ਪੱਗਾਂ ਪੈਂਦੀਆਂ ਨੇ ਜਿਹਨਾਂ ਨੂੰ ਇਹਨਾਂ ਦੀ ਡਿਗਰੀ ਮੁਤਾਬਕ ਇੱਥੇ ਕੰਮ ਮਿਲ ਜੇ ਕਿਉਂ ਅਸੀਂ ਆਈਲੈਟਸ ਵਗੈਰਾ ਕਰਕੇ ਅਸੀਂ ਬਾਹਰਲੇ ਮੁਲਕ ਧੱਕੇ ਖਾਣ ਜਾਈਏ ਨਾਲੇ 25 ਲੱਖ ਰੁਪਇਆ ਲੈ ਕੇ ਜਾਂਦੇ ਨਾਲੇ ਇੱਕ ਦਿਮਾਗ ਜਾਂਦਾ ਪੰਜਾਬ ਦਾ 2 ਸਾਲਾਂ ਬਾਅਦ ਉਹ ਘਰ ਚ ਜਿੰਦਾ ਲੱਗਦਾ ਅਸੀਂ ਤਾਂ ਭੱਜੀ ਜਾਂਦੇ ਹਾਂ ਯਾਰ ਇੱਥੋਂ ਕਿਉਂਕਿ ਕੋਈ ਲੀਡਰ ਥੋੜੀ ਬਾਹਰ ਗਿਆ ਇੱਥੋਂ ਜਾਂ ਲੀਡਰ ਦਾ ਮੁੰਡਾ ਬੇਰੁਜ਼ਗਾਰ ਦੇਖਿਆ ਤੁਸੀਂ ਭਾਈ ਮੇਰੇ ਕੋਲੇ ਆਏ ਮੰਗ ਪੱਤਰ ਲੈ ਕੇ ਮੁੰਡੇ ਟੈਟ ਪਾਸ ETT ਵਾਲੇ ਬੇਰੁਜ਼ਗਾਰ ਦੇ ਆਪਾਂ ਕਹਿੰਦੇ ਜੀ 8 ਸਾਲ ਹੋ ਗਏ ਨਾਰੇ ਲਾਉਂਦਿਆਂ ਨੂੰ ਧਰਨੇ ਲਾਉਂਦਿਆਂ ਨੂੰ ਕਹਿੰਦੇ ਹੁਣ ਤੁਸੀਂ ਕਹਿੰਦੇ ਤੁਸੀਂ ਤਾਂ 36-37 ਸਾਲ ਦੇ ਹੋ ਗਏ ਉਮਰ ਤਾਂ 37 ਸਾਲ ਹੈ ਤੁਸੀਂ ਓਵਰ ਏਜ ਹੋ ਗਏ ਹੁਣ ਤੁਹਾਨੂੰ ਅਸੀਂ ਰੱਖ ਨਹੀਂ ਸਕਦੇ ਮੈਂ ਕਿਹਾ ਜੀ ਗੱਲ ਸੁਣੋ ਸਾਡੇ ਧੀਆਂ ਪੁੱਤ 37 ਸਾਲ ਤੋਂ 2 ਦਿਨ ਉੱਪਰ ਹੋ ਜਾਣ ਕਹਿੰਦੇ ਵੀ ਓਵਰ ਏਜ ਹੋ ਹੁਣ ਤੁਸੀਂ ਨੌਕਰੀ ਕਰਨ ਦੀ ਕਾਬਲ ਨਹੀਂ ਇਹ ਕੋਈ ਲੀਡਰ ਕਿਉਂ ਨਹੀਂ ਓਵਰ ਏਜ ਹੁੰਦਾ ਵੀ ਔਰ 94 ਸਾਲ ਦੀ ਉਮਰ ਚ ਬਾਦਲ ਕਾਗਜ਼ ਭਰੀ ਬੈਠਾ ਫਤਾ ਯਾਰ ਉਹ ਕਰ ਲੈਣ ਦੇ ਕੁਛ ਸਾਨੂੰ ਨਵੇਂ ਜਵਾਕਾਂ ਨੂੰ ਬਹੁਤ ਰਾਜ ਕਰ ਲਿਆ ਕਿਉਂ ਨਹੀਂ ਤੁਸੀਂ ਮੂੰਹ ਛੱਡਦੇ ਪਤਾ ਕੀ ਹੈ ਪਿੱਪਲ ਦੇ ਪੱਤਿਆਂ ਵੇਖਾ ਦੀ ਖੜ 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 ਲਾਈ ਹੈ ਪੱਤ ਚੜ ਗਏ ਪੁਰਾਣੇ ਬਾਦਲ ਸਾਹਿਬ ਕੈਪਟਨ ਸਾਹਿਬ ਰੁੱਤ ਨਵੇਂ ਆਈ ਸੋ ਇਸ ਕਰਕੇ ਇਹਨਾਂ ਦੇ ਹਾਣ
ਦੇ ਦਰਖਤ ਵੀ ਸੁੱਕ ਗਏ ਪੰਜਾਬ ਚ ਪੜਦੇ ਹੀ ਨਹੀਂ ਆ ਘਰੇ ਬੈਠੋ ਉਮਰ ਲੰਬੀ ਦੀ ਦੁਆ ਕਰਦੇ ਆ ਅਰਦਾਸ ਕਰਦੇ ਆ ਲੰਬੀ ਘਰੇ ਬਹਿ ਜਾਓ ਹੁਣ ਬਸ ਕਰੋ ਨਾ ਜੀ ਚਾਰ ਜਣੇ ਇਧਰੋਂ ਫੜਦੇ ਚਾਰ ਜਣੇ ਇਧਰੋਂ ਫੜਦੇ ਆ ਜੇ ਤੇ ਲੈ ਕੇ ਲਿਆ ਕੇ ਧਰ ਦਿੰਦੇ ਨੇ ਕਹਿ ਇੱਕ ਮੌਕਾ ਹੋਰ ਦਿਓ ਸੇਵਾ ਕਰਾਂਗੇ ਮੈਂ ਕਿਹਾ ਸੇਵਾ ਕਰਨ ਦਾ ਨੀ ਉਹ ਕਰਾਉਣ ਦਾ ਟਾਈਮ ਹੈ ਬਾਬਾ ਬਸ ਕਰ ਹੁਣ ਸੋ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਜਦੋਂ ਤੁਸੀਂ ਵੋਟ ਪਾਉਣ ਜਾਓਗੇ 20 ਤਰੀਕ ਨੂੰ ਤਾਂ ਜਦੋਂ ਬਟਨ ਦੱਬਿਆ ਝਾੜੂ ਵਾਲਾ ਤਾਂ ਉਹਦੇ ਚੋਂ ਮਸ਼ੀਨ ਚੋਂ ਇੱਕ ਆਵਾਜ਼ ਆਊਗੀ ਐਦਾਂ ਨਹੀਂ ਇਹਦਾ ਮਨ ਝਾੜੂ ਫਿਰ ਗਿਆ ਅਗਲਾ ਬੰਦਾ ਆਊਗਾ ਉਹ ਵੀ ਝਾੜੂ ਵਾਲਾ ਬਟਨ ਦੱਬੂਗਾ ਫੇਰ ਆਵਾਜ਼ ਆਊਗੀ ਇਹਦਾ ਮਤਲਬ ਫੇਰ ਝਾੜੂ ਫਿਰ ਗਿਆ ਇਹਨੂੰ ਤੁਸੀਂ ਕੁੰਬੜਾ ਲਾਇਓ ਇਹਨੂੰ ਕਾਲ ਇਹਨੂੰ ਮਸ਼ੀਨ ਦੀ ਆਵਾਜ਼ ਨਾ ਸਮਝਿਓ ਇਹਨੂੰ ਕਾਲੀਆਂ ਤੇ ਕਾਂਗਰਸੀਆਂ ਦੀਆਂ ਚੀਕਾਂ ਸਮਝ ਆਹ ਫੋਟੋਆਂ ਜੋ ਜਾਂਦੀਆਂ ਨਾ ਧੂਰੀ ਦੀਆਂ ਫੋਟੋਆਂ ਜਦੋਂ ਆਜ ਤੱਕ ਤੇ ਉਹ ਨਿਊਜ਼ 24 ਤੇ ਹਨਾ NDTV ਤੇ ਨੈਸ਼ਨਲ ਚੈਨਲਾਂ ਤੇ ਜਦੋਂ ਉਹ ਹਿੰਦੀ ਚ ਕਹਿੰਦੇ ਨੇ ਛੱਤੋਂ ਪਰ ਵੀ ਲੋਕ ਖੜੇ ਥੇ ਇਤਨਾ ਡਰ ਕਿਸੇ ਕੋ ਨਹੀਂ ਮਿਲ ਰਹਾ ਹੈ ਉਧਰ ਦੇਖੋ ਮਾਵਾਂ ਭੈਣਾਂ ਹੈ ਜਿਉਂਦੇ ਵਸਦੇ ਰਹੋ ਇੱਕ ਪਸਤਾ ਆਹ ਪਿਆਰ ਹੈ ਆਹ ਮੇਰੀ ਪੱਗ ਜਿਹੜੀ ਹੈ ਉਹ ਭਰੀ ਹੁੰਦੀ ਹੈ ਫੁੱਲਾਂ ਨਾਲ ਇੱਕ ਪਸਤਾ ਆਹ ਪਿਆਰ ਹੈ ਦੂਜੇ ਪਾਸੇ ਕਾਂਗਰਸੀ ਤੇ ਅਕਾਲੀਆਂ ਦੇ ਲੀਡਰ ਨੇ ਉਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੇ ਨੇ ਜੇ ਲੈ ਗਏ ਉਹ ਆਪਾਂ ਇਹਨਾਂ ਤੋਂ ਖਹਿੜਾ ਛਡਾਉਣਾ ਯਾਰ ਠੀਕ ਹੈ ਨਾ ਇਹਨਾਂ ਤੋਂ ਖਹਿੜਾ ਛਡਾਉਣਾ ਹੈ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ।